ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਅੱਜ ਆਪਾਂ ਬਣਾ ਰਹੇ ਹਾਂ ਜੀ ਆਈਸਕ੍ਰੀਮ। ਇਹਦੇ ਲਈ ਆਪਾਂ ਇਹ ਲਿਆ ਜੀ 1.25 ਲੀਟਰ ਦੁੱਧ, ਇਹ ਕੜਾਹੀ ਦੇ ਵਿੱਚ ਪਾ ਲਿਆ ਆਪਾਂ, ਅਤੇ ਥੋੜ੍ਹਾ ਜਿਹਾ ਆਪਾਂ ਰੱਖ ਲਾਂਗੇ, ਇਹਨੂੰ ਉਬਾਲੀ ਦੇਵਾਂਗੇ ਜੀ ਆਪਾਂ। ਅੱਜ ਆਪਾਂ ਵੀਡੀਓ ਬਹੁਤ ਟਾਈਮ ਬਾਅਦ ਪਾ ਰਹੇ ਹਾਂ ਜੀ। ਇਹਨੂੰ ਉਬਾਲੀ ਆਉਣ ਦੇਵਾਂਗੇ ਜੀ ਆਪਾਂ। ਫੁੱਲ ਫੈਟ ਦੁੱਧ ਲਿਆ ਆਪਾਂ, ਇਹ ਪਾਣੀ ਨਹੀਂ ਪਾਉਣਾ ਇਹਦੇ ਵਿੱਚ, ਹਿਲਾਉਂਦੇ ਰਹਾਂਗੇ ਜੀ ਇਹਨੂੰ ਆਪਾਂ, ਜੇ ਥੱਲੇ ਨਾ ਲੱਗੇ ਇਹ। ਦੁੱਧ ਆਪਣਾ ਗਰਮ ਹੋ ਰਿਹਾ ਹੈ ਜੀ। ਇੱਧਰ ਆਪਾਂ ਜਿਹੜਾ ਦੁੱਧ ਆਪਾਂ ਬਚਾ ਕੇ ਰੱਖਿਆ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਕਸਟਰਡ ਪਾਊਡਰ, ਇਹ ਵਨੀਲਾ ਫਲੇਵਰ ਦਾ ਲਿਆ ਜੀ ਮੈਂ। 1.5 ਚਮਚਾ ਪਾਵਾਂਗੇ ਜੀ ਆਪਾਂ ਇਹਦਾ, ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਲਵਾਂਗੇ, ਗੱਠਾ ਨਹੀਂ ਰਹਿਣੀਆਂ ਚਾਹੀਦੀਆਂ ਇਹਦੇ ਵਿੱਚ। ਇਹ ਠੰਡੇ ਦੁੱਧ ਦੇ ਵਿੱਚ ਘੋਲਣਾ ਜੀ, ਗਰਮ ਵਿੱਚ ਗੱਠਾ ਬਣ ਜਾਂਦੀਆਂ ਨੇ। ਘੁਲ ਗਿਆ ਜੀ ਇਹ, ਇਹਨੂੰ ਆਪਾਂ ਸਾਈਡ 'ਤੇ ਰੱਖ ਲੈਂਦੇ ਹਾਂ। ਦੁੱਧ ਉੱਬਲਣ ਲੱਗ ਗਿਆ ਜੀ ਆਪਣਾ, ਇਹਨੂੰ ਆਪਾਂ ਹਿਲਾਉਂਦੇ ਰਹਿਣਾ ਲਗਾਤਾਰ, ਛੱਡਣਾ ਨਹੀਂ ਜੀ, ਅਤੇ ਸਾਈਡਾਂ ਤੋਂ ਵੀ ਲਾਉਂਦੇ ਰਹਾਂਗੇ ਨਾਲ ਨਾਲ ਆਪਾਂ, ਇਹਦੇ ਨਾਲ ਆਈਸਕ੍ਰੀਮ ਬਹੁਤ ਵਧੀਆ ਬਣੂਗੀ। ਇਹਨੂੰ ਆਪਾਂ ਹੁਣ 8 ਤੋਂ 10 ਮਿੰਟ ਤੱਕ ਉਬਾਲਾਂਗੇ ਜੀ, ਤਾਂ ਕਿ ਚੰਗੀ ਤਰ੍ਹਾਂ ਹੋਰ ਗਾੜਾ ਹੋ ਜਾਵੇ। ਸਾਈਡਾਂ ਤੋਂ ਵੀ ਉਤਾਰਦੇ ਰਹਾਂਗੇ ਜੀ ਆਪਾਂ, ਅਤੇ ਚੰਗੀ ਤਰ੍ਹਾਂ ਇਹਨੂੰ ਹਿਲਾਉਂਦੇ ਰਹਾਂਗੇ। ਜੇ ਤੁਹਾਨੂੰ ਥੋੜ੍ਹੀ ਜਿਹੀ ਵੀਡੀਓ ਵਧੀਆ ਲੱਗਦੀ ਹੈ ਤਾਂ ਜੀ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਸੱਤ ਮਿੰਟ ਹੋ ਗਏ ਜੀ ਇਹਨੂੰ ਉੱਬਲਦੇ ਨੂੰ, ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ। ਖੰਡ ਪਾ ਕੇ 3-4 ਮਿੰਟ ਫਿਰ ਉਬਾਲਾਂਗੇ, ਖੰਡ ਨੇ ਪਾਣੀ ਛੱਡ ਦੇਣਾ, ਉਹਦੇ ਨਾਲ ਫਿਰ ਪਤਲੀ ਹੋ ਜੂ। ਇਹ ਚਮਚੇ 5 ਪਾਏ ਨੇ ਜੀ ਖੰਡ ਦੇ ਮੈਂ, ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ, ਠੰਡੀਆਂ ਚੀਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਮਿੱਠਾ ਵੱਧੇ ਵਧੀਆ ਲੱਗਦਾ ਹੁੰਦਾ ਜੀ, ਅਤੇ ਬਾਕੀ ਆਪਾਂ ਚੈੱਕ ਵੀ ਕਰ ਲਾਂਗੇ, ਘੱਟ ਵੱਧ ਹੋਊਗਾ ਤਾਂ ਤੁਸੀਂ ਹੋਰ ਪਾ ਸਕਦੇ ਹੋ। ਹੁਣ ਇਹਨੂੰ 3-4 ਮਿੰਟ ਆਪਾਂ ਹੋਰ ਰਿੰਨਾਂਗੇ ਜੀ ਚੰਗੀ ਤਰ੍ਹਾਂ। 2-3 ਮਿੰਟ ਹੋ ਗਏ ਜੀ ਖੰਡ ਪਾਈ ਨੂੰ, ਚੰਗੀ ਤਰ੍ਹਾਂ ਖੰਡ ਘੁਲ ਗਈ ਹੈ, ਦੁੱਧ ਵੀ ਆਪਣਾ ਪਹਿਲਾਂ ਨਾਲੋਂ ਘੱਟ ਗਿਆ, ਅਤੇ ਹੁਣ ਆਪਾਂ ਜਿਹੜਾ ਕਸਟਰਡ ਘੋਲ ਕੇ ਰੱਖਿਆ ਉਹਨੂੰ ਹਿਲਾ ਕੇ ਇਹਦੇ ਵਿੱਚ ਪਾ ਦਾਂਗੇ। ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ ਜੀ, 2-3 ਮਿੰਟ ਇਹਨੂੰ ਫੇਰ ਪਕਾਵਾਂਗੇ ਆਪਾਂ। ਕਸਟਰਡ ਪਾਉਣ ਨਾਲ ਇਹਦਾ ਰੰਗ ਵੀ ਬਹੁਤ ਵਧੀਆ ਆਇਆ ਜੀ, ਕੈਮਰੇ ਵਿੱਚ ਥੋੜ੍ਹਾ ਜਿਹਾ ਲਾਈਟ ਆ ਰਿਹਾ, ਬਹੁਤ ਵਧੀਆ ਰੰਗ ਆਇਆ। ਇਹ ਬਣ ਕੇ ਤਿਆਰ ਹੈ ਜੀ, ਹੁਣ ਆਪਾਂ ਗੈਸ ਕਰ ਦਾਂਗੇ ਬੰਦ, ਅਤੇ ਇਹਨੂੰ ਥੋੜ੍ਹਾ ਠੰਡੀ ਹੋਣ 'ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ। ਗੈਸ ਆਪਾਂ ਬੰਦ ਕਰ ਦਿੱਤਾ, ਅਤੇ ਥੋੜ੍ਹਾ ਜਿਹਾ ਇਹਨੂੰ ਹਿਲਾ ਕੇ ਥੋੜ੍ਹੀ ਜਿਹੀ ਠੰਡੀ ਕਰ ਲਾਂਗੇ ਜੀ ਆਪਾਂ, ਇਹਨੂੰ ਹਿਲਾਉਂਦੇ ਵੀ ਰਹਾਂਗੇ ਜੀ ਆਪਾਂ ਠੰਡੀ ਹੋਣ ਤੱਕ।
ਇਹਦੇ ਉੱਪਰ ਮਲਾਈ ਨਾ ਜੰਮੇ, ਫਿਰ ਵਧੀਆ ਬਣੂਗੀ ਜੀ ਇਹ। 15 ਮਿੰਟ ਤੱਕ ਆਪਾਂ ਇਹ ਉਬਾਲੀਏ ਜੀ, ਤਾਂ ਕਿ ਚੰਗੀ ਤਰ੍ਹਾਂ ਗਾੜੀ ਹੋ ਜੇ। ਘਰ ਦੀ ਪਿਓਰ ਆਈਸਕ੍ਰੀਮ ਹੈ ਜੀ ਆਪਾਂ ਬਣਾਈ, ਬਹੁਤ ਸਵਾਦ ਬਣਦੀ ਹੈ ਇਹ, ਟਰਾਈ ਜ਼ਰੂਰ ਕਰਿਓ। ਇਹ ਆਪਾਂ ਲਈ ਹੈ ਜੀ ਉਬਾਲੀ ਵਾਲੇ ਦੁੱਧ ਦੀ ਮਲਾਈ, ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ। ਗੈਸ ਆਪਣਾ ਬੰਦ ਹੈ ਜੀ, ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਦਾਂਗੇ ਆਪਾਂ। ਇਹ ਮਲਾਈ ਪਾਉਣ ਨਾਲ ਇਹ ਬਿਲਕੁਲ ਕਰੀਮੀ ਬਣ ਕੇ ਤਿਆਰ ਹੋਊਗੀ, ਤੁਸੀਂ ਟਰਾਈ ਜ਼ਰੂਰ ਕਰਿਓ। ਠੰਡੀ ਹੋ ਗਈ ਜੀ, ਹੁਣ ਆਪਾਂ ਇਹਨੂੰ ਇਹ ਡੱਬੇ ਦੇ ਵਿੱਚ ਪਾ ਕੇ ਫਰਿੱਜ 'ਚ ਰੱਖ ਦਾਂਗੇ। ਢੱਕਣ ਇਹਦਾ ਬੰਦ ਕਰ ਦਾਂਗੇ ਜੀ ਆਪਾਂ, ਢੱਕਣ ਲਾ ਕੇ ਚੰਗੀ ਤਰ੍ਹਾਂ ਰੱਖਣੀ ਹੈ ਜੀ, ਫਿਰ ਇਹਦੇ ਉੱਤੇ ਬਰਫ਼ ਨਹੀਂ ਜਾਂਦੀ। ਆਈਸਕ੍ਰੀਮ ਆਪਣੀ ਜੰਮ ਗਈ ਹੈ ਜੀ, ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ, ਘਰ ਦੀ ਪਿਓਰ ਆਈਸਕ੍ਰੀਮ ਹੈ। ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਜੀ, ਆਪਾਂ ਇਹ ਸਿੰਪਲ ਬਣਾਈ ਹੈ, ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵੀ ਬਣਾ ਪਾ ਸਕਦੇ ਹੋ ਆਪਣੀ ਪਸੰਦ ਦੇ, ਮੈਂ ਨਹੀਂ ਪਾਏ ਜੀ, ਤੁਸੀਂ ਟਰਾਈ ਜ਼ਰੂਰ ਕਰਿਓ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ।